ਗਰਮੀ ਤੋਂ ਰਾਹਤ ਦਿਵਾਉਣ ਵਾਲਾ ਮੀਂਹ ਹੁਣ ਤਬਾਹੀ ਮਚਾਉਣ ਲੱਗ ਗਿਆ ਹੈ, ਜਿਸ ਕਰਕੇ ਲੋਕ ਪਰੇਸ਼ਾਨ ਨੇ। ਤਸਵੀਰਾਂ ਬੇਹੱਦ ਖਤਰਨਾਕ ਖੌਫਨਾਕ ਸਾਹਮਣੇ ਆ ਰਹੀਆਂ ਨੇ, ਜਿੱਥੇ ਪਾਣੀ ਦਾ ਪੱਧਰ ਕਈ ਨਦੀਆਂ ਦੇ ਵਿੱਚ ਦਰਿਆਵਾਂ ਦੇ ਵਿੱਚ ਵੱਧ ਗਿਆ ਹੈ ਤੇ ਆਸ-ਪਾਸ ਦੇ ਇਲਾਕੇ ਪਾਣੀ 'ਚ ਡੁੱਬਣ ਲੱਗ ਗਏ ਨੇ। ਦੇਖੋ ਇਹ ਖੌਫਨਾਕ ਮੰਜ਼ਰ ਜੋ ਕਿ ਉੱਤਰਾਖੰਡ ਤੋਂ ਨਜ਼ਰ ਆ ਰਿਹਾ। ਉੱਤਰਾਖੰਡ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅਜਿਹੇ ਹਾਲਾਤ ਨੇ ਤੇ ਇਹ ਤਸਵੀਰਾਂ ਬਦਰੀਨਾਥ ਦੀਆਂ ਨੇ, ਜਿੱਥੇ ਬਦਰੀਨਾਥ ਦੇ ਅਲਕਨੰਦਾ ਦੇ ਵਿੱਚ ਪਾਣੀ ਲਗਾਤਾਰ ਵੱਧਦਾ ਜਾ ਰਿਹਾ ਹੈ, ਖਤਰੇ ਦੇ ਨਿਸ਼ਾਨ ਨੂੰ ਵੀ ਪਾਰ ਕਰ ਗਿਆ ਹੈ, ਜਿਸ ਕਰਕੇ ਕਈ ਕੁੰਡ ਕਈ ਘਾਟ ਇਸ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ। ਬਦਰੀਨਾਥ ਧਾਮ 'ਚ ਅਲਕਨੰਦਾ ਦਾ ਪਾਣੀ ਲਗਾਤਾਰ ਵੱਧਦਾ ਜਾ ਰਿਹਾ ਹੈ, ਪ੍ਰਸ਼ਾਸਨ ਪੱਬਾਂ ਭਾ ਰਿਹਾ ਹੈ ਕਿਉਂਕਿ ਇੱਥੇ ਹਾਲਾਤ ਬੇਹੱਦ ਖਰਾਬ ਹੁੰਦੇ ਦਿਖਾਈ ਦੇ ਰਹੇ ਨੇ। ਅਲਕਨੰਦਾ ਦੇ ਘਾਟਾਂ ਨੂੰ ਖਾਲੀ ਕਰਾ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਲਕਨੰਦਾ ਤਪਤ ਕੁੰਡ ਤੋਂ ਕਰੀਬ 6 ਫੁੱਟ ਹੇਠਾਂ ਵਹਿ ਰਹੀ ਹੈ। ਇਸ ਤੋਂ ਪਹਿਲਾਂ ਇਹ ਤਪਤ ਕੁੰਡ ਤੋਂ ਕਰੀਬ 15 ਫੁੱਟ ਹੇਠਾਂ ਵਹਿੰਦੀ ਸੀ, ਪਰ ਹੁਣ ਇਹ ਫਾਸਲਾ ਮਹਿਜ਼ 6 ਫੁੱਟ ਦਾ ਰਹਿ ਗਿਆ ਹੈ। ਮਹਿਜ਼ 6 ਫੁੱਟ ਹੇਠਾਂ ਤੋਂ ਹੀ ਤਪਤ ਕੁੰਡ ਦਾ ਪਾਣੀ ਜਿਹੜਾ ਉਹ ਵਹਿ ਰਿਹਾ ਹੈ, ਜਿਸ ਨੂੰ ਲੈ ਕੇ ਇੱਥੇ ਘਾਟ ਵੀ ਖਾਲੀ ਕਰਾ ਦਿੱਤੇ ਗਏ ਨੇ। ਅਲਕਨੰਦਾ ਦੇ ਪਾਣੀ ਦਾ ਪੱਧਰ ਜੋ ਵੱਧ ਰਿਹਾ ਹੈ, ਪਹਾੜੀ ਇਲਾਕਿਆਂ ਵਿੱਚ ਪੈ ਰਹੀ ਬਰਸਾਤ ਵੀ ਇੱਕ ਕਾਰਨ ਹੈ ਕਿ ਲਗਾਤਾਰ ਮੀਂਹ ਪੈ ਰਿਹਾ ਹੈ, ਤੇ ਉੱਤਰਾਖੰਡ ਦੇ ਵਿੱਚ ਵੀ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਅਗਲੇ 3 ਦਿਨ ਭਾਰੀ ਮੀਂਹ ਪੈਣ ਵਾਲਾ ਆ ਤੇ ਕਈ ਜ਼ਿਲ੍ਹੇ ਪਾਣੀ ਦੀ ਮਾਰ ਚੱਲ ਰਹੇ ਨੇ। ਅਲਕਨੰਦਾ ਦਾ ਪਾਣੀ ਜਿਹੜਾ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਚੁੱਕਿਆ ਹੈ, ਜਿਸ ਕਰਕੇ ਹਾਲਾਤ ਹੋਰ ਵੀ ਬਦਤਰ ਹੋ ਰਹੇ ਨੇ। ਦੱਸ ਦਈਏ ਕਿ ਮੌਸਮ ਵਿਭਾਗ ਦੇ ਵੱਲੋਂ ਅਗਲੇ 3 ਦਿਨ ਲਈ ਦੇਹਰਾਦੂਨ, ਪੌੜੀ, ਪਿਥੌਰਾਗੜ੍ਹ, ਨੈਨੀਤਾਲ, ਬਾਗੇਸ਼ਵਰ ਦੇ ਵਿੱਚ ਵੀ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ। ਤੇ ਹੁਣੇ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਬਦਰੀਨਾਥ ਦੀਆਂ ਨੇ। ਬਦਰੀਨਾਥ ਦੇ ਵਿੱਚ ਅਲਕਨੰਦਾ ਦਾ ਪਾਣੀ ਲਗਾਤਾਰ ਵੱਧਦਾ ਜਾ ਰਿਹਾ ਹੈ, ਪੱਧਰ ਜਿਹੜਾ ਆ ਉਹ ਇੰਨਾ ਵੱਧ ਚੁੱਕਿਆ ਹੈ ਕਿ ਖਤਰੇ ਦੇ ਨਿਸ਼ਾਨ ਨੂੰ ਵੀ ਪਾਰ ਕਰ ਚੁੱਕਿਆ ਹੈ। ਇੱਥੇ ਕੁੰਡ ਦੇ ਕੁੰਡ ਜਿਹੜੇ ਨੇ ਇਸ ਪਾਣੀ ਦੇ ਵਿੱਚ ਡੁੱਬ ਗਏ ਨੇ, ਘਾਟ ਜਿਹੜੇ ਨੇ ਇਸ ਪਾਣੀ ਦੇ ਵਿੱਚ ਡੁੱਬ ਗਏ ਨੇ। ਕਈ ਘਾਟਾਂ ਨੂੰ ਖਾਲੀ ਕਰਾ ਦਿੱਤਾ ਗਿਆ ਹੈ ਤਾਂ ਜੋ ਲੋਕਾਂ ਦਾ ਜ਼ਿਆਦਾ ਨੁਕਸਾਨ ਨਾ ਹੋਵੇ। ਜੋ ਫਾਸਲਾ 15 ਫੁੱਟ ਦਾ ਸੀ, 15 ਫੁੱਟ ਹੇਠਾਂ ਅਲਕਨੰਦਾ ਜਿਹੜਾ ਤਪਤ ਕੁੰਡ ਹੈ ਉਹ ਵਹਿੰਦਾ ਸੀ, ਤਾਂ ਹੁਣ ਇਹ 6 ਫੁੱਟ ਦਾ ਫਾਸਲਾ ਰਹਿ ਗਿਆ ਹੈ। ਮਹਿਜ਼ 6 ਫੁੱਟ ਹੇਠੋਂ ਹੀ ਇਹ ਪਾਣੀ ਵਹਿ ਰਿਹਾ ਹੈ ਤੇ ਪਾਣੀ ਦਾ ਪੱਧਰ ਅਜੇ ਵੀ ਠਹਿਰ ਨਹੀਂ ਰਿਹਾ ਹੈ, ਬਲਕਿ ਇਹ ਲਗਾਤਾਰ ਵੱਧਦਾ ਜਾ ਰਿਹਾ, ਜਿਸ ਕਰਕੇ ਅੱਗੇ ਦੇ ਹਾਲਾਤ ਹੋਰ ਵੀ ਬਦਤਰ ਹੋ ਸਕਦੇ ਨੇ। ਉੱਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਤੇ ਅਗਲੇ 3 ਦਿਨ ਲਈ ਭਾਰੀ ਬਰਸਾਤ ਦਾ ਵੀ ਜਿਹੜਾ ਅਲਰਟ ਕੀਤਾ ਗਿਆ ਹੈ, ਚੇਤਾਵਨੀ ਦਿੱਤੀ ਗਈ ਹੈ। ਪ੍ਰਸ਼ਾਸਨ ਦੇ ਵੱਲੋਂ ਪੂਰੀ ਵਾਹ ਲਾਈ ਜਾ ਰਹੀ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਲੋਕਾਂ ਦਾ ਜਾਨੀ ਨੁਕਸਾਨ ਨਾ ਹੋਵੇ, ਇਸੇ ਲਈ ਘਾਟਾਂ ਨੂੰ ਪਹਿਲਾਂ ਤੋਂ ਹੀ ਖਾਲੀ ਕਰਵਾ ਲਿਆ ਗਿਆ ਹੈ। ਪਰ ਤਸਵੀਰਾਂ ਨੂੰ ਦੇਖ ਕੇ ਬਿਆਨ ਹੋ ਰਿਹਾ ਹੈ, ਇਹ ਖੌਫਨਾਕ ਮੰਜ਼ਰ ਦੇਖੋ ਕਿ ਕਿੰਨਾ ਖਤਰਾ ਇੱਥੇ ਬੜਿਆ ਹੋਇਆ ਲੋਕਾਂ ਨੂੰ ਲੈ ਕੇ। ਹਾਲਾਂਕਿ ਇਹ ਜਿਹੜਾ ਬਦਰੀਨਾਥ ਧਾਮ ਹੈ ਉਹਦੀ ਅਲਕਨੰਦਾ ਦਾ ਪਾਣੀ ਹੈ ਜੋ ਇਸ ਤਰ੍ਹਾਂ ਵਹਿ ਰਿਹਾ ਹੈ ਕਿ ਕੁੰਡ ਦੇ ਕੁੰਡ ਇਸ ਵਿੱਚ ਡੁੱਬ ਚੁੱਕੇ ਨੇ, ਘਾਟ ਵੀ ਇਸ ਵਿੱਚ ਵਹਿਣ ਲੱਗੇ ਨੇ। ਅਤੇ ਹੁਣ ਅਲਕਨੰਦਾ ਤਪਤ ਕੁੰਡ ਦੀ ਦੂਰੀ ਵੀ ਜਿਹੜੀ ਹੈ ਉਹ 15 ਫੁੱਟ ਤੋਂ 6 ਫੁੱਟ ਹੀ ਰਹਿ ਗਈ ਹੈ, 6 ਫੁੱਟ ਹੇਠੋਂ ਹੀ ਇਹ ਪਾਣੀ ਵਹਿ ਰਿਹਾ ਹੈ, ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ, ਫਾਸਲਾ ਹੋਰ ਵੀ ਘੱਟ ਹੋ ਸਕਦਾ ਹੈ, ਇਸ ਲਈ ਹਾਲਾਤ ਜਿਹੜੇ ਨੇ ਹੋਰ ਵੀ ਖਰਾਬ ਹੋ ਸਕਦੇ ਨੇ, ਇਸ ਲਈ ਇੱਥੇ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਵੀ ਅਹਤਿਆਤ ਵਰਤਣ ਲਈ ਕਿਹਾ ਗਿਆ ਹੈ। ਪਹਾੜੀ ਰੂਟ ਵਾਲੇ ਪਾਸੇ ਜਾਣ ਤੋਂ ਮਨਾ ਕੀਤਾ ਜਾ ਰਿਹਾ, ਬਹੁਤ ਜ਼ਰੂਰੀ ਹੋਏ ਤਾਂ ਹੀ ਜਾਇਆ ਜਾਏ, ਨਹੀਂ ਤਾਂ ਇਹਨਾਂ ਰਸਤਿਆਂ ਦੇ ਉੱਤੇ ਨਾ ਜਾਇਆ ਜਾਏ। ਨਦੀਆਂ ਨਾਲਿਆਂ ਨੂੰ ਪਾਰ ਕਰਨਾ ਇੱਥੇ ਬਹੁਤ ਜ਼ਿਆਦਾ ਔਖਾ ਹੋ ਗਿਆ ਹੈ, ਜਿਸ ਲਈ ਪ੍ਰਸ਼ਾਸਨ ਹੁਣ ਐਡਵਾਈਜ਼ਰੀ ਵੀ ਜਾਰੀ ਕਰ ਰਿਹਾ ਹੈ, ਲੋਕਾਂ ਨੂੰ ਅਹਤਿਆਤ ਵਰਤਣ ਲਈ ਕਹਿ ਰਹੇ ਨੇ ਤੇ ਨਾਲ ਹੀ ਇੱਥੇ ਕਈ ਘਾਟ ਜਿਹੜੇ ਨੇ ਖਾਲੀ ਕਰਾ ਦਿੱਤੇ ਗਏ ਨੇ। ਆਪ ਲੋਕ ਰਿਸ਼ਤੇ ਲੈ ਲੇ ਆਪ ਲੋਕ ਆਪ ਲੋਕ ਹਵਾਰੇ ਕਹਿਣਾ ਮਾਰਾ।
ਸਦਨ ਤੋਂ ਪ੍ਰਸਾਦ ਆ ਗਿਰੇ।